स्वागत है किसान वीरों तुहाडा सिद्क डेयरी फार्मिंग दे विच। किसान वीरों अज फिर वीडियो बना रहे हैं आपां सहिदो के पिंड दे विचों निहाल सिंह वाला तहसील ते जिला दी जे गल करदे हां तां मोगा जिहड़े घर चों वीडियो बना रहे हैं। दोस्तों पहला भी वीडियो बहुत बनाईआं है ते हमेशा यह गल करी दी है वी इन्हां वर्गी गां जिहड़ी उह जे मैं आपदे चैनल दी गल करां तां नहीं किसे वीर कोल इदां दी गां छेती जिहड़ी आउंदी जिद्दां दीआं गावां इन्हां कोल आउंदीआं। अज थोनू दसो थोड़ी पसंद का हरेक रंग दिखा दूंगा जिहड़ा वीर गावां नूं पसंद करदा, खास करके जे गल करिए बाहरलियां गावां जां ज्यादा दुध देण दे मामले च जे गावां दी गल करदे आ। टॉप दी जर्सी दोस्तो सामने खड़ी है जिहदा ढांचा कद काठ जिहड़ा उह एच एफ गावां दे बराबर दा है, पर प्योर जर्सी ब्रीड। इहदे नाल खड़ी है इक आयरशायर नसल दी बहुत सोहणी गां जिहड़ी ताजी सूई वी ते बच्चा वी कुदरती आ वी इहदे नाल फीमेल काफ आ वच्छी नूं इहने जन्म दित्ता आयरशायर नसल। तो जे एच एफ की गल करूंगा तो इधरों तुसीं सामने तीन नाग होर देखोगे तो दो नाग इस साइड ते खड़े है जिहड़े किसी गल्लों भी घट नहीं उन्हां गावां नालों जिहड़ियां कंपीटीशन दे विच तुसीं देखदे हो, जिहड़ियां मुकाबलियां दे विच तुसीं गावां देखदे हो, क्योंकि एक तो फिक्सडर तो दूजा बहुत वड्डे वड्डे हवाने इन्हां दे, क्योंकि इन्हां दी ब्रीड सुधरी हुई है, इन्हां ने दुध कढ़ना है। सो यह नाग जिहड़े अंदर खड़े है तो इन्हां तों बिना जे बाहरलियां गावां ते कैमरा मारा तो यह भी नाग तुहानूं दसो पसंद आउणगे, क्योंकि पशु बाई कोल काफ़ी सारे है विक्री वाले है। वीडियो नूं एंड तक जरूर देखियो, कोशिश करूंगा इन्हां दे विच्चों कुछ गावां तुहानूं तोर के दिखाउण दी। ना ज़्यादा नाग आ तो उहदे करके छे एक नाग जिहड़े तोर के दिखाऊंगा, बाकी नाग जिहड़े उन्हां बारे आपां इन्हां खड़ियां बारे गलबात वीर नाल कर लांगे। तुसीं जिहड़ा पशु तुहानूं चंगा लग्गिया उही खरीद लिओ, नंबर बाई दा स्क्रीन ते चलदा रहिणा। आओ वीर नाल गलबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਵੀਰੇ। ਨਾਮ ਆਪਣਾ? ਬਾਈ ਕਾਲਾ ਬਾਈ ਜੀ। ਠੀਕ ਹੈ ਕਾਲੇ, ਅੱਜ ਫਿਰ ਰੰਗ ਰੂਪ ਵਾਲੇ ਪੱਖ ਤੋਂ ਜਾਂ ਨਸਲ ਵਾਲੇ ਪੱਖ ਤੋਂ ਗੱਲ ਕਰੀਏ ਤਾਂ ਮੇਰੇ ਖਿਆਲ 'ਚ ਗਲਦਸਤਾ ਹੀ ਬਣਾਤਾ। ਆਪਾਂ ਕੌਣ ਆ ਬਾਈ ਜੀ, ਤਾਂ ਦਾ ਸਿਰਜਣਹਾਰ ਤੇ ਦੂਜਾ ਲੋਕ ਜਿਹੜੇ ਪਿਆਰ ਕਰਦੇ ਆ ਆਪਾਂ ਨੂੰ ਫੋਨ ਕਰਕੇ ਵਿਚਾਰੇ ਸਪੈਸ਼ਲ ਦਿੰਦੇ ਆ। ਸਹੀ, ਮੈਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਾਂ ਨੂੰ ਇਹੋ ਜਿਹੇ ਜਾਨਵਰ ਦਿੱਤੇ ਆ। ਠੀਕ ਹੈ। ਅੱਛਾ ਕਾਲੇ ਬਾਈ, ਇੱਕ ਕੁਐਸਚਨ ਹੋਰ ਆ, ਮੈਂ ਵੀਡੀਓ ਲਾ ਵੀ ਦੇਣੀ ਅੱਜ, ਬਹੁਤ ਸਾਰੇ ਵੀਰ ਆਪਣੇ ਕੋਲ ਆਏ ਸੀ ਗਾਵਾਂ ਖਰੀਦਣ ਵਾਸਤੇ। ਜੀ ਬਾਈ, ਕਿਹੜੀ ਸਟੇਟ ਦੇ ਸੀਗੇ ਆਪਾਂ ਗੱਲ? ਇਹ ਬਾਈ ਜੀ ਦੋ ਗਾਵਾਂ ਆਪਣੀਆਂ ਹਰਿਆਣੇ, ਤੁਹਾਨੂੰ ਤੁਹਾਡੇ ਸਾਹਮਣੇ ਸੌਦਾ ਹੋਇਆ ਚਲੀਆਂ ਜਾਣੀਆਂ, ਕੁਝ ਮਹਾਰਾਸ਼ਟਰ ਦੇ ਆਏ ਸੀ, ਉਹ ਸੱਤਾਂ ਦਾ ਇਕੱਠੀਆਂ ਦਾ ਸੌਦਾ ਕਰਦੇ ਸੀ, ਹੋ ਨਹੀਂ ਰਿਹਾ, ਉਹ ਵੀ ਹੋਣਾ ਤਾਂ ਫਿਰ ਕਰਦਾ ਜਾਂਦਾ, ਬਾਕੀ ਰੱਬ ਜਾਣਦਾ ਜੀ। ਠੀਕ ਹੈ, ਯਾਨੀ ਮਹਾਰਾਸ਼ਟਰ ਦਾ ਗਾਹਕ ਵੀ ਕਾਫੀ ਆਪਣੇ ਇੱਥੇ ਆ ਰਿਹਾ। ਸ਼ੁਰੂਆਤ ਅੱਜ ਜਰਸੀ ਤੋਂ ਕਰਾਂਗੇ ਜਿਹਦੇ ਕੋਲ ਟੁਕੜਾ ਹੈ। ਜੀ ਬਾਈ ਜੀ, ਦੂਜਾ ਸੂਆ 6 ਦੰਦ ਦਾ ਵਰਲਡ ਵਾਈਡ ਸੀਮਨ ਦੀ ਖੋਰਿਆ ਤੇ ਲੈਮਨ ਹੈਡ ਨਾਲ ਨਾਰਮਲ ਲੱਗਿਆ, 66 ਨਹੀਂ ਲੱਗਾ, 1000 ਰੁਪਏ ਦਾ ਸੀਮਨ ਆ ਜਿਹੜਾ, ਉਹਦੇ ਨਾਲ ਪ੍ਰੈਗਨੈਂਟ ਆ, 36 ਕਿਲੋ ਪਹਿਲਾਂ ਦਾ ਰਿਕਾਰਡ ਆ ਜੀ ਜੀ। ਠੀਕ ਹੈ, ਰੇਟ ਜਿੱਦੀ ਜਰਸੀ ਬੱਚੀ ਆ ਜਿੱਦੀ ਆਪਣੀ ਨਾਰਮਲ ਐਚਐਫ ਦੇ ਬਰਾਬਰ ਦੀ ਹੈ। ਅੱਛਾ ਰੇਟ ਇਹਦਾ ਦੱਸਾਂਗੇ ਜਾਂ ਨਹੀਂ? ਦੱਸ ਦਿੰਦੇ ਆ ਜੀ ਰੀਟ ਵੀਰੇ, ਜੇ ਤਾਂ ਮੁੱਲ ਕਰਾਉਣਾ ਉਦਾਂ ਵਾਲਾ ਫਿਰ ਤਾਂ ਚਾਹੇ ਜਿੰਨੇ ਮਰਜ਼ੀ ਮੰਗ ਲਗੇ 2.5 ਲੱਖ ਵੀ ਥੋੜਾ ਵਾ, 1,55,000 ਰੁਪਏ ਦੀ ਬੱਚੀ ਦੇ ਦਾਂਗੇ। ਠੀਕ ਹੈ, ਖੋਲੀ ਬਾਈ। ਦੋਸਤੋ ਕੱਦ ਕਾਠ ਜਿਹੜਾ ਮੈਂ ਸ਼ੁਰੂ 'ਚ ਹੀ ਦੱਸਦਾ ਸੀ ਵੀ ਇਹਦਾ ਬਿਲਕੁਲ ਤੁਹਾਨੂੰ ਐਚਐਫ ਗਾਵਾਂ ਜਿੱਡਾ ਲੱਗੂਗਾ, ਟੌਪ ਦੀ ਬਰੀਡ ਆ ਤੇ ਪਿਓਰ ਜਰਸੀ ਨਸਲ। ਜਿਹੜੇ ਵੀਰ ਇਹ ਸੋਚਦੇ ਆ ਵੀ ਜਰਸੀ ਜਿਹੜੀ ਆ ਉਹ ਬਾਹਲੀ ਛੋਟੀ ਹੁੰਦੀ ਆ ਤਾਂ ਉਹਨਾਂ ਦਾ ਵਹਿਮ ਇਹ ਜਰਸੀ ਕੱਢੂਗੀ, ਕਿਉਂਕਿ ਇਹ ਫਾਰਮ ਦੀ ਵੈੜ ਆ। ਜੇ ਫੇਸ ਦੀ ਗੱਲ ਕਰੀਏ ਤਾਂ ਇੱਥੋਂ ਦਿਸਦਾ ਬਿਊਟੀਫੁੱਲ ਹੈ। ਆਰਡਰ ਦੀ ਗੱਲ ਕਰਦੇ ਹਾਂ ਤਾਂ ਦੱਸੋ ਬਹੁਤ ਵੱਡਾ, ਕਿਉਂਕਿ ਇਹ ਮੈਂ ਪਹਿਲਾਂ ਦੱਸਿਆ ਸੀ ਵੀ ਐਚ ਐਫ ਗਾਵਾਂ ਦੇ ਬਰਾਬਰ ਦੇ ਕੱਦ ਕਾਠ ਵਾਲੀ ਜਰਸੀ, ਬਹੁਤ ਵੱਡੇ ਕੱਦ ਦੀ। ਜੇ ਆਪਾਂ ਜਰਸੀ ਬਰੀਡ 'ਚੋਂ ਗੱਲ ਕਰੀਏ ਤਾਂ ਟੌਪ ਦੀ ਸਿਹਤ ਸੰਭਾਲ ਇਹਦੀ ਹੋਈ ਵੀ ਆ। ਦੱਸੋ ਜਿਹੜੇ ਫਾਰਮ ਦੇ ਵਿੱਚ ਉਹ ਆਈ ਹੈ, ਪਹਿਲੇ ਸੂਏ ਦਾ ਦੁੱਧ ਬਾਈ ਬਹੁਤ ਚੰਗਾ ਦੱਸਦਾ, ਬਿਲਕੁਲ ਇਹਦੇ ਪਤਲਾ ਮਾਸ ਹਵਾਨੇ 'ਤੇ ਆ। ਜ਼ਰੂਰ ਜਦੋਂ ਬਾਈ ਰੋਕਦਾ ਤਾਂ ਮੈਂ ਕਹੂੰਗਾ ਬੱਬੂ ਬਾਈ ਮਾੜਾ ਮਾਸ ਹਵਾਨੇ ਦਾ ਚੈੱਕ ਕਰਾਈ, ਉਹ ਤੁਸੀਂ ਇੱਥੋਂ ਹਵਾਨੇ ਦਾ ਮਾਸ ਦੇਖੋ ਜੇ ਦੱਸੋ, ਬਿਲਕੁਲ ਰਬੜ ਵਾਂਗੂ ਵਾਧਾ ਦਿਸੂਗਾ ਤੁਹਾਨੂੰ, ਕੱਚਾ ਲਵਾ ਕਹਿ ਦਿੰਦੇ ਨੇ ਜਗਜੀਤ ਵੀਰ, ਸਾਰਾ ਖੁੱਚਾਂ ਤੋਂ ਉੱਪਰ ਆ ਜਾਣਾ ਜਦੋਂ ਤਿਆਰ ਹੋ ਗਈ ਨਾ। ਠੀਕ ਹੈ, ਜਦੋਂ ਤਿਆਰੀ ਕੀਤੀ ਕਰਮ ਵਾਲੀ ਨੇ ਉਦੋਂ ਜਿਵੇਂ ਹੁਣ ਇੱਕ ਆਪਣੀ ਵੱਛੀ ਆ ਨਾ, ਸੂਈ ਸਵਾਈ ਆ, ਐਂ ਹੋ ਜੂਗੀ ਬਾਈ। ਠੀਕ ਹੈ, ਤੋਰੀ ਬਾਈ ਉਧਰ ਨੂੰ ਲੈ ਚੱਲੀ। ਸੋ ਪਹਿਲੇ ਨੰਬਰ ਤੇ ਟੌਪ ਦੀ ਜਰਸੀ ਤੋਂ ਆਪਾਂ ਸ਼ੁਰੂਆਤ ਕੀਤੀ ਹੈ ਵੀਡੀਓ ਦੀ, 1,55,000 ਰੇਟ ਹੈ। ਤੇ ਰੇਟ ਜਿਹੜੇ ਵੀਰ ਜੈਨੂਅਨ ਕਮੈਂਟ ਕਰਦੇ ਸੀ ਵੀ ਵੀਡੀਓ 'ਚ ਰੇਟ ਕੀਤਾ ਹੋਵੇ ਤਾਂ ਸਾਨੂੰ ਪਸੰਦ ਆਵੇ ਤਾਂ ਅਸੀਂ ਖਰੀਦ ਲਈਏ, ਨਹੀਂ ਤਾਂ ਇਕੱਲੀ ਵੀਡੀਓ ਦੇਖੀਏ, ਉਹਨਾਂ ਲਈ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਏਡੀਆਂ ਗਾਵਾਂ ਜਿਹੜੀਆਂ ਉਹ ਕਈ ਵਾਰ ਮਹਿੰਗੀਆਂ ਲੱਗਦੀਆਂ ਹੁੰਦੀਆਂ, ਤਾਂ ਉਹ ਵੀਰ ਸਿਰਫ ਵੀਡੀਓ ਦੇਖ ਸਕਦੇ ਆ, ਕਿਉਂਕਿ ਇਹ ਪਸ਼ੂ ਜਿਨ੍ਹਾਂ ਦੇ ਘਰ ਦਾਨ ਜਲ ਹੋਊਗਾ ਉਹਨਾਂ ਕੋਲ ਜਾਣੇ ਆ। ਤੁਸੀਂ ਇੰਜੋਏ ਕਰੋ ਵੀਡੀਓ ਨੂੰ, ਦੇਖੋ। ਸੋ ਬਹੁਤ ਸੋਹਣੀ ਟੌਪ ਦੀ ਜਰਸੀ ਪਹਿਲੇ ਨੰਬਰ 'ਤੇ ਦੋਸਤੋ ਦੇਖ ਰਹੇ ਹੋ ਤੁਸੀਂ, ਜਿਹੜੀ ਵਿਕਰੀ ਵਾਸਤੇ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ। ਇਦੋਂ ਅੱਗੇ ਇੱਕ ਇੱਦਾਂ ਦਾ ਰੰਗ ਰੂਪ ਜਾਂ ਇੱਦਾਂ ਦੀ ਬਰੀਡ ਜਿਹਨੂੰ ਦੂਜੇ ਨੰਬਰ 'ਤੇ ਵੀ ਪੰਜਾਬੀ ਕਾਫੀ ਪਸੰਦ ਕਰ ਰਹੇ ਆ, ਆਇਰਸ਼ਾਇਰ ਨਸਲ। ਕਾਲੇ ਬਾਈ ਕੀ ਡਿਟੇਲ ਹੈ? ਦੂਜਾ ਸੂਆ ਵਾ
ਖੁਦ ਹੈਗੀ ਆ ਬਾਈ ਵਰਲਡ ਵਾਈਡ ਝਿੰਜਰ ਦੀ ਝਿੰਜਰ ਦੀ ਆ ਠੀਕ ਹੈ ਤੇ ਇਹਦੇ ਵਰਲਡ ਵਾਈਡ ਦਾ ਇਹਦੇ ਸੀਮਨ 66 ਲੱਗਾ ਸੀ ਇਹਨੇ ਬੱਚੀ ਨੂੰ ਜਨਮ ਦਿੱਤਾ ਜਗਜੀਤ ਇਹ ਓਰਿਜਨਲ ਆ ਨਾ ਜਿਹੜੀ ਆਪਾਂ ਕਹਿ ਦਿੰਦੇ ਹਾਂ ਫਰਾਂਸ ਦੀ ਇਹ ਉਹ ਐਰ ਸ਼ਹਿਰ ਆ ਐਰ ਸ਼ਹਿਰ ਚਲੋ ਸਾਰੀ ਦੁਨੀਆਂ ਵਿਖਾਉਂਦੀ ਆ ਦੂਜੇ ਚੈਨਲ ਵਾਲੇ ਵੀ ਦਿਖਾਉਂਦੇ ਆ ਇਹ ਗੱਲ ਦੀ ਆਪਾਂ ਬੰਦੇ ਨਾਲ ਕਿਸੇ ਨਾਲ ਸ਼ਰਤ ਵੀ ਲਾ ਸਕਦੇ ਹਾਂ ਵੀ ਇਹਦੇ ਵਿੱਚ ਰਲਾ ਨਾ ਆਊਗਾ ਇੱਕ ਪੈਸੇ ਜਿੰਨਾ ਵੀ ਠੀਕ ਇਹ ਨੀ ਕਹਿ ਦੂਗਾ ਵੀ ਮੇਲ ਹੋਊਗਾ ਇੱਕ ਫਰੋਡ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਪਰਸੋਂ ਅੱਖਾਂ ਦੀ ਸੂਈ ਆ ਬਾਈ ਜੀ ਬੌਲਾ ਅੰਦਾਜ਼ਾ 35 ਕਿਲੋ ਕਾਨੂੰਨ ਦਾ ਦੁੱਧ ਦਿੱਤਾ ਹੋਇਆ ਬਾਈ ਜੀ ਬੌਲਾ ਦੇ ਥੱਲੇ ਤਕਰੀਬਨ 22-23 ਕਿਲੋ ਸਟਾਰਟਿੰਗ ਹੋਊਗੀ ਬੱਚਾ ਵੱਛੀ ਹੈ ਇਹਦੇ ਨਾਲ ਵੱਛੀ ਬਾਈ ਜੀ ਠੀਕ ਹੈ ਸੋ ਦੋਸਤੋ ਦੇਖੋ ਤੁਸੀਂ ਆਇਰ ਸ਼ਹਿਰ ਬਰੀਡ ਟੌਪ ਦੀ ਇਹ ਵੈੜ ਤੁਹਾਨੂੰ ਦਿਸੂਗੀ ਆਰਡਰ ਦੀ ਬਣਾਵਟ ਦੇਖੋ ਤਾਂ ਉਹ ਵੀ ਬਹੁਤ ਚੰਗੀ ਫਿਕਸ ਆਰਡਰ ਹੈ ਸ਼ਾਮ ਦਾ ਟਾਈਮ ਆ ਦੋਸਤੋ ਲੱਤਾਂ ਚੌੜੀਆਂ ਕਰਕੇ ਤੁਰਦੀ ਕਿਉਂਕਿ ਹਵਾਨਾ ਜਿਹੜਾ ਉਹ ਫਿਕਸ ਹੈ ਕੰਪੈਕਟ ਆਰਡਰ ਜਿਹਨੂੰ ਕਹਿੰਦੇ ਆ ਚਾਰੇ ਥਣ ਤੁਹਾਨੂੰ ਨਿਕੜਵੇਂ ਦਿਸਣਗੇ ਤਾਜ਼ੀ ਸੂਈ ਵੀ ਬਹੁਤ ਸੋਹਣੇ ਥਣਾਂ ਵਾਲੀ ਵੈੜ ਤੁਸੀਂ ਦੇਖ ਸਕਦੇ ਹੋ ਬਰੀਡ ਜੇ ਗੱਲ ਕਰੀਏ ਤਾਂ ਆਇਰ ਸ਼ਹਿਰ ਹੈ ਜਿਹੜੀ ਇਹਨੇ ਵੱਛੀ ਦਿੱਤੀ ਉਹ ਵੀ ਤੁਹਾਨੂੰ ਦਿਖਾਊਂਗਾ ਕਾਲੇ ਵੱਛੀ ਵੀ ਲਿਆਈ ਬਾਈ ਸੋ ਇਹਦੀ ਵੱਛੀ ਵੀ ਤੁਹਾਨੂੰ ਦਿਖਾਵਾਂਗੇ ਲੈ ਚੱਲ ਬਾਈ ਅੰਦਰ ਉਹ ਰੰਗ ਰੂਪ ਵੈੜ ਦਾ ਦੱਸੋ ਆਪਣੇ ਆਪ ਚ ਹੀ ਦੱਸਦਾ ਵੀ ਇਹ ਬਰੀਡ ਜਿਹੜੀ ਉਹ ਐਚ ਐਫ ਨਾਲੋਂ ਵੱਖਰੀ ਆ ਹਾਲਾਂਕਿ ਲਗਭਗ ਇਹ ਸਿਮੀਲਰ ਹੀ ਰਹਿੰਦੀਆਂ ਇੱਕ ਦੂਜੀ ਨੂੰ ਨਖੇੜਾ ਕਰਨਾ ਔਖਾ ਇਹ ਵੱਛੀ ਜਿਹੜੀ ਨੂੰ ਇਹਨੇ ਜਨਮ ਦਿੱਤਾ ਉਹ ਵੀ ਤੁਸੀਂ ਨਾਲ ਦੇਖ ਸਕਦੇ ਹੋ ਕੱਲ ਇਹਦਾ ਰੇਟ ਬਾਈ ਜੀ ਠੀਕ ਹੈ 3500 ਰੁਪਏ ਦਾ ਲੱਗਿਆ ਵਾ ਜੀ ਇਹਦੇ ਇਹਦਾ ਰੇਟ ਕੀ ਰੱਖਾਂਗੇ ਕੱਲ ਰੇਟ ਬਾਈ ਜੀ ਇਹਦਾ ਵੀ 155 ਹੀ ਲਵਾਂਗੇ ਠੀਕ ਹੈ ਸੋ ਦੋਸਤੋ 155 ਇਹਦਾ ਰੇਟ ਹੈ ਲੈ ਚੱਲ ਬਾਈ ਬੰਦੇ ਸੋ ਤੁਸੀਂ ਵੈੜ ਦੇਖੋ ਤੁਹਾਨੂੰ ਪਸੰਦ ਆਊਗੀ ਜਿਹਨੂੰ ਆਇਰ ਸ਼ਹਿਰ ਨਸਲ ਪਸੰਦ ਆਉਂਦੀ ਹੈ ਉਹ ਵੀਰ ਜ਼ਰੂਰ ਕੰਟੈਕਟ ਬਾਈ ਜੀ ਹੋਰਾਂ ਨਾਲ ਕਰ ਸਕਦਾ ਟੌਪ ਦਾ ਹਵਾਨਾ ਦੱਸੋ ਤੇ ਨਾਲ ਬੱਚਾ ਜਿਹੜਾ ਉਹ ਬੱਚੀ ਤੁਹਾਨੂੰ ਮੈਂ ਦਿਖਾਤੀ ਸੀ ਉਸ ਬੱਚੀ ਨੂੰ ਇਹਨੇ ਜਨਮ ਦਿੱਤਾ ਇਹ ਤੋਂ ਬਾਅਦ ਚ ਤਿੰਨ ਨਾਗ ਜਿਹੜੇ ਅੰਦਰ ਖੜੇ ਆ ਤੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਟੋਟਲ 6 ਕ ਨਾਗ ਸੋਚਿਆ ਇਹ ਵੈੜਾ ਤੁਹਾਨੂੰ ਤੋੜ ਕੇ ਦਿਖਾਊਂਗਾ ਬਹੁਤ ਟੌਪ ਦੀਆਂ ਡਿਟੇਲ ਇਹਨਾਂ ਦੀ ਇੱਥੇ ਖੜਕਾਂ ਦੀ ਪੁੱਛ ਲੈਣੇ ਕਾਲੇ ਬਾਈ ਤਿੰਨ ਨੰਬਰ ਵਾਲੀ ਵੈੜ ਇਹ ਜਿਹੜੀ ਕੁੜੀ ਦੂਜਾ ਸੂਆ ਵਾ ਠੀਕ ਹੈ ਤੇ ਇਹਨੇ ਦੁੱਧ ਦਿੱਤਾ 27-28 ਕਿਲੋ ਪਹਿਲਾਂ ਠੀਕ ਹੈ ਐਚ ਪੀ ਦੁੱਧ ਦੇਊਗੀ 33-34 ਕਿਲੋ ਬਾਈ ਜੀ ਇਹਦਾ 1-5 ਹੈ ਜੀ 1-5 ਰੇਟ ਠੀਕ ਹੈ ਇਹ ਤੋਂ ਆਪਣੀ ਵੈੜ ਹੋਈ ਇਹ ਵੀ ਬਾਈ ਜੀ ਦੂਜਾ ਸੂਆ ਵੱਛੀ ਆ ਠੀਕ ਹੈ ਇਹਦਾ 25-26 ਕਿਲੋ ਇਹਦਾ ਜੈਸ ਨੂੰ 85,000 ਰੁਪਇਆ ਲੈ ਲਾਂਗੇ ਜੀ ਠੀਕ ਹੈ ਉਦੋਂ ਅੱਗੇ ਬਾਈ ਕਾਲੇ ਇਹ 5 ਨੰਬਰ ਤੇ ਗਾਂ ਹੈ ਵੀਰੇ ਇਹਦੇ ਦਿਨ ਪਏ 15 ਠੀਕ ਹੈ ਅੱਜ ਤਾਂ ਲੈ ਲਾਂਗੇ ਤਾਂ 1,20,000 ਰੁਪਇਆ ਬਾਈ ਜੀ ਜੇ ਕੱਲ ਨੂੰ ਅਦਰਵਾਈਜ਼ ਇਹ 10-15 ਦਿਨ ਖੜ ਗਈ ਇਹਦਾ ਆਪਣਾ ਰੇਟ ਆ ਬਾਈ ਠੀਕ ਹੈ ਸੂਆ ਕਿੰਨਵਾਂ ਸੁੰਦੀ ਦੂਜਾ ਸੂਆ ਸੁੰਦੀ ਆ ਬਾਈ ਜੀ 36 ਕਿਲੋ ਦੁੱਧ ਦਿੱਤਾ ਡੈਨਮਾਰਕ ਦੀ ਖੋਦ ਆ ਠੀਕ ਹੈ ਦੋਸਤੋ ਇਹ ਹਜੇ 15 ਦਿਨ ਲੈਂਦੀ ਹੈ ਜੇ ਤਾਂ ਇਸੇ ਤਰ੍ਹਾਂ ਤੇ ਜੇ ਇਹ ਖੜਦੀ ਹੈ ਤਾਂ ਫਿਰ ਰੇਟ ਇਹਦਾ ਵਾਧਾ ਜਾਊਗਾ ਕਿਉਂਕਿ ਇਹਦੀ ਤਿਆਰੀ ਤੇ ਡਿਪੈਂਡ ਕਰੂਗਾ ਇਦੋਂ ਅੱਗੇ ਦੋ ਨਗੀਨੇ ਤੁਹਾਨੂੰ ਦਿਖਾਉਣਾ ਜਿਹੜੀਆਂ ਸੂਈਆਂ ਵੀਆਂ ਵੈੜਾ ਕਾਲੇ ਬਾਈ ਕੀ ਡਿਟੇਲ ਹੈ ਇਹਨਾਂ ਦੋਵਾਂ ਬਾਰੇ ਜਾਣਕਾਰੀ ਦੇ ਦੇ ਫਿਰ ਤੋਰਾਂ ਦੋਨੇ ਸਟਾਕੀ ਦੀਆਂ ਦੋਨਾਂ ਦੀ ਆਪਣੇ ਕੋਲ ਡੇਟ ਆਫ ਬਰਥ ਆ ਇਹ 2-2 ਸਾਲ ਦੇ ਨੇ ਦੁੱਧ ਦਾਂਦੇ ਆ ਇਹ ਵੀ ਦੁੱਧ ਦਾਂਦਾ ਇੱਕ ਠੀਕ ਹੈ ਠੀਕ ਹੈ ਦੋਨਾਂ ਦੇ ਇਹਨਾਂ ਦੇ ਸੈਕਸਰ ਸੀਮਨ ਲੱਗੇ ਸੀ ਵਰਲਡ ਵਾਈਡ ਦੇ ਡਿਸਿਪਲ ਦੋਨਾਂ ਦੇ ਮਗਰ ਬੱਚੀਆਂ ਬਾਈ ਠੀਕ ਹੈ ਉਹਦੇ ਕੋਲੇ 35 ਕਿਲੋ ਦੁੱਧ ਰੈਡੀ ਆ ਇਹਦੇ ਕੋਲੇ 30 ਕਿਲੋ ਦੁੱਧ ਰੈਡੀ ਹੋਊ ਬਾਈ ਜੀ ਇਹ 500-800 ਦੀ ਸੂਈ ਆ ਠੀਕ ਹੈ ਸਹੀ ਹੈ ਬਈ ਪਤਾ ਲੱਗਦਾ ਸੋ ਰੇਟ ਇਹਨਾਂ ਦੇ ਕਾਲੇ ਬਾਈ ਦੱਸਾਂਗੇ ਜਾਂ ਦੱਸ ਦਿੰਦੇ ਆ ਜਗਜੀਤ ਵੀਰੇ ਉਹ ਤੁਹਾਡੇ ਸਾਹਮਣੇ ਨੰਗੀ ਚਿੱਟੀ ਵੇਚੀ ਆਪਾਂ ਸਹੀ ਹੈ 1,80,000 ਰੁਪਏ ਦੀ ਤੇ ਬੜਾ ਆਪਾਂ ਕੋਈ ਹੁਣ ਐਂ ਤਾਂ ਕਹਿਣਾ ਨਹੀਂ ਵੀ ਇਹ ਵੱਧ ਵਧੀਆ ਵੱਧ ਕੋਨੇ ਰੂਈ ਠੀਕ ਹੈ ਸੋ ਦੱਸੋ ਵਹਿੜਾ ਦੇਖਿਓ ਜੇ ਇਹ ਨਗੀਨੇ ਆ ਇਹ ਦੁੱਧ ਦੰਦ ਇਹਨੇ ਇੱਕ ਦੰਦ ਤੋੜਿਆ ਦੂਜੀ ਨੇ ਅਜੇ ਤੋੜਿਆ ਹੀ ਨਹੀਂ ਜੋੜਾ ਹੀ ਤੁਰਦਾ ਦਿਖਾਉਣੇ ਹਾਲਾਂਕਿ ਜਿਹੜੀ ਇੱਕ ਵੱਛੀ ਇਹਨਾਂ ਚੋਂ ਵਿਕੀ ਵੀ ਹੈ ਉਹ ਚੀਜ਼ ਤੁਹਾਡੇ ਧਿਆਨ ਚ ਲਿਆ ਦਿੰਦਾ ਮੈਂ ਜਿਹੜੀ ਇਧਰੋਂ ਕਾਲੇ ਕੋਲ ਗਾਂ ਫੜੀ ਵੀ ਹੈ ਵੱਛੀ ਫੜੀ ਹੈ ਇਹ ਹੁਣੇ ਸੌਦਾ ਹੋਇਆ ਜੇ ਬਾਈ ਜੀ ਇੱਥੇ ਬੈਠੇ ਆ ਜਿਨ੍ਹਾਂ ਨੇ ਪਾਸ ਕਰ ਲਈ ਹੈ ਪਰ ਚੋਕੇ ਵੀ ਵੇਖਣਗੇ ਨਾਲ 35 ਕਿਲੋ ਦੁੱਧ ਇਹਦੇ ਥੱਲੇ ਤਿਆਰ ਹਵਾਨਾ ਦੱਸਦਾ ਦੱਸੋ ਕੰਪੀਟੀਸ਼ਨ ਲੈਵਲ ਦੀ ਵੈੜ ਤੇ ਜਿਹੜੀ ਬੱਬੂ ਦੇ ਹੱਥ 'ਚ ਵੈੜ ਹੈ ਇਹ ਹਜੇ ਵਿਕਰੀ ਵਾਸਤੇ ਹੈਗੀ ਹੈ ਜੇ ਕੋਈ ਵੀਰ ਪਸੰਦ ਕਰਦਾ ਤਾਂ ਬਹੁਤ ਸੋਹਣੇ ਕਾਰਜ ਕਾਰਜ ਦੀ ਚੰਗੀ ਬਜਟ ਮੁੱਕ ਗਿਆ ਬਾਈ ਜੀ ਨੇ ਦੋਨੇ ਲੈ ਕੇ ਜਾਣਾ ਠੀਕ ਹੈ ਬਜਟ ਦੋਸਤੋ ਕਹਿੰਦੇ ਮੁੱਕ ਗਿਆ ਨਹੀਂ ਦੋਨੇ ਜੋੜਾ ਹੀ ਲਿਜਾਣਾ ਸੀ ਇੱਕੋ ਘਰ 'ਚ ਜਾਣੀਆਂ ਸੀ ਬਹੁਤ ਪੇਮੈਂਟ ਇਨਵੈਸਟ ਕਰਦੇ ਆ ਬਾਹਰ ਦੇ ਵੀਰ ਇਹਨਾਂ ਗਾਵਾਂ ਤੇ ਕਿਉਂਕਿ ਇਹ ਸੁਧਰੀ ਹੋਈ ਬਰੀਡ ਹੈ ਇਦਾਂ ਦੀ ਬਰੀਡ ਬਣਾਉਣ ਤੇ ਘੱਟੋ ਘੱਟ 10 ਸਾਲ ਲੱਗਦੇ ਸਹੀ ਹੈ ਦੋਸਤੋ ਹਵਾਨੇ ਤੇ ਤੁਸੀਂ ਵੇਨਸ ਦੇਖਿਓ ਜਿਹਦੇ ਕਿੰਨੀਆਂ ਤੁਹਾਨੂੰ ਦਿਸਣਗੀਆਂ ਕੰਪੈਕਟ ਆਰਡਰ ਬਿਲਕੁਲ ਚੌੜਾ ਜੀ ਕਰਦਾ ਵਾਰ ਵਾਰ ਇਹਨਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਰਹੂੰਗਾ ਤੁਸੀਂ ਵੀ ਇਹਨੂੰ ਪਸੰਦ ਕਰੋਗੇ ਸੋ ਵੱਛੀਆਂ ਦੇਖੋ ਇੱਕ ਇਹ ਵੈੜ ਵੀ ਦੱਸੋ ਜਿਹੜੀ ਹਜੇ ਵਿਕਰੀ ਵਾਸਤੇ ਹੈਗੀ ਹੈ ਇਹਦਾ ਵੀ ਤੁਸੀਂ ਆਰਡਰ ਦੇਖੋ ਜੇ ਫਿਕਸ ਆ ਬਿਲਕੁਲ ਤੇ ਦੋਵਾਂ ਨਾਲ ਬੱਚੇ ਵੱਛੀਆਂ ਫੀਮੇਲ ਕਾਫ ਹੈ ਇਹਨਾਂ ਦੇ ਨਾਲ ਇਹ ਨਾਗ ਤੁਹਾਨੂੰ 6500 ਦੀ ਜ਼ਰੂਰ ਦਿਖਾਉਣੇ ਸੀ ਕਿਉਂਕਿ ਇਹਨਾਂ ਦਾ ਸਟੇਟਸ ਮੈਂ ਅਪਲੋਡ ਕਰਤਾ ਸੀ ਇਹ ਜੋੜਾ ਜਿਹੜਾ ਉਹ ਦੱਸੋ
लगभग एको जी कीमत का यह जोड़ा बई ने विकाऊ किया वै तो गां जी विकी भी है सेल हो गई है वैड दूजी हजे इस टाइम विक्री वास्ते अवेलेबल है। सो ये नग जे अंदर खड़े से दिखाते हैं आप जे बहरले पशु है इधरले पास हालांकि गावं सारिया ही बहर की ब्रीड है पर इन बारे गलबात शुरू करते हैं तो नाल थोनों ये नग भी कुछ दो तोड़ के दिखा देंगे बाकियों बारे फिर वैसे पुछते हैं कले इधरों इस गां तो आप शुरू करते हैं वीडियो की डिटेल है बई एदी इन्हें बई जी सूआ तीजा सोना जिगरे लीह घंट की खोदा अगे ए डेनमार्क का जर्सी का सीमन लगा वा ठीक है मर्जी इंसान ले जे केयर कर ले घर तक की गारंटी दे दांगे जे टाइम पे ठीक है ये कच्चियां तां लैंदे आ क्यों सफर ज्यादा हुंदे आ 2-2 हजार किलोमीटर बाद जाना हुंदा ते जानवर नूं कोई दिक्कत नहीं आ ठीक है ਇਦੋ ਅੱਗੇ ਜਿਹੜੀ ਵੈਡ ਬਾਈ ਤੇਰੇ ਨਾਲ ਖੜੀ ਇਹ ਜਿਹੜੀ ਪੂਛ ਫੜੀ ਹੈ ਟੌਪ ਦੇ ਫਾਰ ਹੁੰਦੇ ਨਾ ਦੋਨੇ ਬੱਚਨਾ ਅੱਛਾ ਇਹ ਮੈਂ ਨਾਮ ਤਾਂ ਚਲੋ ਲੈ ਨਹੀਂ ਸਕਦਾ ਵਾ ਬੰਦੇ ਦਾ ਇਹਨੇ 48 ਕਿਲੋ ਦੁੱਧ ਦਿੱਤਾ ਜਗਜੀਤ ਵੀਰੇ ਪਹਿਲਾਂ ਨੇ ਦੂਜਾ ਸੂਆ ਬੱਚੀ ਦਾ ਅਜੇ 20 ਤਰੀਕ ਨੂੰ ਟਾਈਮ ਪੂਰਾ ਹੁੰਦਾ ਇੱਕ ਆਪਾਂ ਵੈਸੇ ਕੈਮਰਾ ਮਰਾ ਦਿੰਦੇ ਆ ਅਜੇ ਨਾਟ ਫੋਰ ਸੇਲ ਹੀ ਹੈ ਠੀਕ ਹੈ ਯਾਨੀ ਇਹਦਾ ਕੋਈ ਮੁੱਲ ਲਾਉਣ ਵਾਲਾ ਮਿਲਿਆ ਉਹਦੀ ਆਉਣਾ ਕਿਸੇ ਕਰਮ ਵਾਲੇ ਸਹੀ ਹੈ ਸੋ ਦੱਸੋ ਇਹ ਹਜੇ ਵਿਕਰੀ ਵਾਸਤੇ ਨਹੀਂ ਹੈਗਾ ਹਾਲਾਂਕਿ ਵਿਕਾਊ ਹੈਗਾ ਪਰ ਕਹਿਣ ਦਾ ਭਾਵ ਇਹ ਹੈ ਵੀ ਜਿੱਦਾਂ ਅੱਜ ਦਿਸਦੀਆਂ ਇਦੂ ਦੁੱਗਣੀਆਂ ਤਿਆਰ ਹੋਣਗੀਆਂ ਤਿਆਰ ਹੋਣਗੀਆਂ ਵੀਰੇ ਆਪਾਂ ਇਹਨਾਂ ਦੇ ਬਰੀਡ ਵਾਲੇ ਲੋਕਾਂ ਨੇ ਕਹਿਣਾ ਹਜੇ ਲੇਵੇ ਨਹੀਂ ਹੈਗੇ ਉਹ ਸਵਾਦ ਨਹੀਂ ਆਉਣਾ ਪਰ ਆਪਾਂ ਨੂੰ ਪਤਾ ਵਾ ਜਿੱਦੇ ਤਿਆਰ ਹੋਈਆਂ ਉਹਦੇ ਦੱਸਣੀਆਂ ਸਹੀ ਹੈ ਸੋ ਮਤਲਬ ਇਹੀ ਹੈ ਵੀ ਇਹ ਤਿਆਰ ਬਹੁਤ ਚੰਗਾ ਹੋਣਗੀਆਂ ਰੇਟ ਇਹਨਾਂ ਦਾ ਉਦੋਂ ਬਾਈ ਦੱਸ ਦੂਗਾ ਇਹ ਗੋਲਡਨ ਬੁਆਏ ਦੀ ਹੈ ਜਗਜੀਤ ਵੀਰੇ ਸੂਆ ਤੀਜਾ ਸੋਨਾ ਇਹਨੇ ਕੋਇਨ ਨੂੰ ਜੋ ਦੂਜਾ ਕਹਿ ਲਈਏ ਚਾਹੇ ਇਹਦਾ 52 ਕਿਲੋ ਦੁੱਧ ਦਿੱਤਾ ਵਾ ਆ ਬੱਚੀ ਠੀਕ ਹੈ ਐਤਕੀ ਦੂਜਾ ਸੂਆ ਦੇਣ ਕਿੰਨੇ ਕਿਲੋ ਤੀਜਾ ਸੂਆ ਤੀਜਾ ਸੂਆ ਠੀਕ ਹੈ ਕਿੰਨੇ ਦਿਨ ਲੈ ਜੂਗੇ 10 ਤਰੀਕ ਨੂੰ ਬਾਈ ਇਹਦਾ ਟਾਈਮ ਪੂਰਾ 10 ਤਰੀਕ ਇਹਦੋਂ ਅੱਗੇ ਜਿਹੜੇ ਦੋ ਨਾ ਖੜੇ ਆਏ ਆਪਾਂ ਤੋਰਾਂਗੇ ਜੀ ਵੀਰੇ ਇਹਨੂੰ 3 ਦਿਨ ਹੋ ਗਏ ਸੂਈ ਨੂੰ ਇਹਦੇ ਕੋਲੇ 35 ਡੱਬੇ ਚੋਣ ਦੇ ਹੋਣਗੇ ਬਾਈ ਜੀ ਠੀਕ ਹੈ ਕੋਈ ਆਪਦਾ ਕੰਡਾ ਲਿਆ ਕੇ ਮਾਰ ਸਕਦਾ ਵਾ ਠੀਕ ਹੈ ਠੀਕ ਹੈ ਇਹਦੇ ਨਾਲ ਬੱਚਾ ਕੀ ਹੈ ਇਹਦੇ ਨਾਲ ਫੀਮੇਲ ਕਾਫ ਆ ਬਾਈ ਫੀਮੇਲ ਕਾਫ ਇਹਦੇ ਨਾਲ ਇਹਦੇ ਨਾਲ ਸੌਰੀ ਮੇਲ ਕਾਫ ਉਹਦਾਂ ਮੰਗਰਾ ਫੀਮੇਲ ਕਾਫ ਠੀਕ ਹੈ ਓਕੇ ਤੋਰੀ ਬਾਈ ਸੋ ਦੋਸਤੋ ਇਹ ਵੀ ਜਿਹੜੀ ਤੁਸੀਂ ਵੈੜ ਦੇਖ ਰਹੇ ਹੋ दूजा सूआ सूई है 35 लीटर दुध इस टाइम मेहनती वाला हाजिर है दुध तुसी सारे ही जानते हो क्योंकि एच एफ ते बहुत कम होया पंजाब दे विच बिना शक ताई जिहड़ा अदर स्टेट तो वीर चल के पंजाब नूं आउंदे है क्योंकि पता भी इत्थों जिहड़ी एच एफ जिहड़ी निकलूगी वह फॉरन कंट्रीज वाली एच एफ नूं टक्कर दिंदी निकलूगी तो बहुत सोहणियां गावां तुसी देख रहे हो यह गां विकाऊ आ दोस्तों विक्री वास्ते हैगी है इस टाइम वीडियो दे विच जिहड़ी तुसी देख रहे हो आर्डर की बनावट यदि भी बहुत चंगी है कद काठ चंगा वेल चंगी हवाना भी तुसी देख सकते हो सो ये 35 लीटर दुध हाजिर है दुध इन्हें ज्यादा देना बाकी तुसी सारे ही जान दो ठीक है चार दिन की सूई 45 किलो तो जिसे एक महीना हो गया सूई आरामदारी ठीक है सो देख सकते हो टॉप की गां ਇਦੋਂ ਬਾਅਦ ਲਾਸਟ ਉੱਤੇ ਇੱਕ ਵੈਡ ਹੋਰ ਤੁਹਾਨੂੰ ਦਿਖਾਉਣੇ ਆ ਫਿਰ ਦੱਸੋ ਵੀਡੀਓ ਨੂੰ ਰੋਕਾਂਗੇ ਹਾਂ ਠੀਕ ਹੈ ਦੱਸ ਹੀ ਦੇਣਗੇ असल गायां बहुत खड़िया वा जिन्हू इन्हे हड लगे वे ना सर किसी नी लगे वे जिन्ना भी खड़ना ठीक है जिन्हू असल हड लगे वे दुध दऊगी 40 किलो ठीक है 10 साल बंदा रख ले कि बच्चे लैन आली चीज है ठीक है रेट ਇਹਦਾ ਕੀ ਰੱਖਾਂਗੇ ਰੇਟ ਇਹਦਾ ਮੁੱਲ ਜੋ ਮਰਜ਼ੀ ਕਰਾ ਲਈਏ ਜਗਜੀਤ ਵੀਰੇ 1-45 ਦੀ ਵੱਛੀ ਦੇ ਦਾ ਠੀਕ ਹੈ ਸੋ ਦੋਸਤੋ ਦੇਖ ਸਕਦੇ ਹੋ ਪੂਛ ਇਹਦੀ ਜ਼ਰੂਰ ਥੋੜੀ ਟੁੱਟੀ ਤੁਹਾਨੂੰ ਦਿਸੂਗੀ ਬਾਕੀ ਜਿਹੜੇ ਆਰਡਰ ਦੀ ਗੱਲ ਕਰਦੇ ਆ ਉਹ ਬਹੁਤ ਚੰਗਾ ਪੂਰੇ ਹਵਾਨੇ ਦੇ ਜਿਹੜੀ ਉਹ ਨਾੜਾ ਉਹ ਦੇਖੋ ਹੋਈ ਉਦੋਂ ਦੱਸੂਗੀ ਸਹੀ ਹੈ ਢਾਂਚਾ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਸਹੀ ਸੰਭਾਲ ਇਹਨਾਂ ਦੀ ਹੈਗੀ ਹੈ ਕੋਈ ਬੀਸੀਐਸ ਘੱਟ ਨਹੀਂ ਹੈਗਾ ਤੇ ਨਾ ਇਹ ਜ਼ਿਆਦਾ ਮਤਲਬ ਬਿਲਕੁਲ ਸਹੀ ਕੰਡੀਸ਼ਨ ਦੇ ਵਿੱਚ ਇਸ ਟਾਈਮ ਦਿਸ ਰਹੀ ਹੈ ਦੁੱਧ ਦੇਣ ਵਾਲੀ ਜਿਹੜੀ ਉਹ ਇਹਦੀ ਸਿਹਤ ਸੰਭਾਲ ਹੈ ਦੂਜਾ ਸੂਆ ਸੁਣਾ 1,45,000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਸੋ ਦੱਸੋ ਚੋਟੀ ਦੀਆਂ ਗਾਵਾਂ ਤੁਹਾਨੂੰ ਦਿਖਾਈਆਂ ਤੇ ਜੇ ਮੈਂ ਵਾਰ ਵਾਰ ਇਹ ਗੱਲ ਹਾਲਾਂਕਿ ਮੈਂ ਕਰ ਵੀ ਦਿੰਦਾ ਹੁੰਦਾ ਕਿਉਂਕਿ ਇਹ ਗੱਲ ਮੈਂ ਕਹਿ ਵੀ ਸਕਦਾ ਵੀ ਜਿੱਦਾਂ ਦੀ ਗਾਂ ਇਸ ਘਰ ਦੇ ਵਿੱਚ ਆਉਂਦੀ ਉਦਾਂ ਦੀ ਕਿਤੋਂ ਵੀ ਦੇਖਣ ਨੂੰ ਨਹੀਂ ਮਿਲਦੀ ਛੇਤੀ ਕਿਤੇ ਇੱਕ ਤਾਂ ਕੰਪੈਕਟਡ ਫਿਕਸ ਹਵਾਨਿਆਂ ਦੀਆਂ ਗਾਵਾਂ ਹੁੰਦੀਆਂ ਕੱਦ ਕਾਠ ਚੰਗੇ ਹੁੰਦੇ ਆ ਤੇ ਟੌਪ ਦੀ ਬਰੀਡ ਹੁੰਦੀ ਹੈ ਬਾਕੀ ਇਸ ਗਰੁੱਪ ਦੇ ਵਿੱਚ ਤਾਂ ਦੱਸੋ ਤੁਹਾਨੂੰ ਰੰਗ ਜਿਹੜੇ ਜੇ ਮੈਂ ਗੱਲ ਕਰਾਂ ਤਾਂ ਜਿੱਦਾਂ ਦੀਆਂ ਗਾਵਾਂ 30 ਕਿਲੋ ਤੋਂ ਬਾਹਰ ਦੁੱਧ ਦੇਣ ਵਾਲੀਆਂ ਜੇ ਗਾਵਾਂ ਦੀ ਗੱਲ ਕਰਦੇ ਨਸਲਾਂ ਦੀ ਗੱਲ ਕਰਦੇ ਆ ਤਾਂ ਜਰਸੀ ਆਇਰਸ਼ ਐਚ ਐਫ ਉਹ ਸਾਰੇ ਨਾਗ ਇਸ ਟਾਈਮ ਤੁਹਾਨੂੰ ਇੱਥੇ ਜਿਹੜੇ ਉਹ ਦੇਖਣ ਨੂੰ ਮਿਲਣਗੇ
जिन्हों भी इन्हों कोई भी पशु चंगा लगता दसो तसली करके खरीद सकते हो, नंबर बाई का स्क्रीन पर चली जाता। धन्यवाद, वीडियो देखने।